ਕਿਹਦਾ ਹੱਥ ਆ? ਕੋਈ ਭੂਤ ਜਾਂ ਜਿੰਨ ਆ ਗਿਆ ਸੀ? ਹੱਥ ਤਾਂ ਸੁਖਵੀਰ ਬਾਦਲ ਦਾ ਹੀ ਆ। ਜੇ ਹੱਥ ਨਹੀਂ ਸੀ ਤਾਂ ਜਦੋਂ ਸਰਕਾਰ ਸੀ 2 ਸਾਲ, ਤਾਂ ਉਦੋਂ ਫਿਰ ਜਿਹਦਾ ਹੱਥ ਸੀ ਫੜਨਾ ਸੀ, ਕਿਉਂ ਨਾ 2 ਸਾਲ ਫੜਿਆ? ਕਿਉਂਕਿ ਆਪ ਦਾ ਹੱਥ ਸੀ, ਆਪ ਦੀ ਪੁਲਿਸ ਸੀ, ਆਪ ਦੀਆਂ ਏਜੰਸੀਆਂ ਸੀ, ਇਸ ਕਰਕੇ ਚੁੱਪ ਕਰੇ ਬੈਠੇ ਸੀ। ਹੁਣ ਜਦੋਂ SIT ਅਤੇ ਕਮਿਸ਼ਨ ਨੇ, ਰਣਜੀਤ ਸਿੰਘ ਜੀ ਨੇ ਸਾਰਾ ਕੁਝ ਦੱਸਤਾ, ਹੁਣ ਇਹਨਾਂ ਨੂੰ ਪੁਤਲੇ ਫੂਕਣੇ ਯਾਦ ਆ ਗਏ, ਹੁਣ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਯਾਦ ਆ ਗਈਆਂ ਕਰਨੀਆਂ। ਭਾਈ, ਜਦੋਂ ਤੁਹਾਨੂੰ ਰਾਜ ਦਿੱਤਾ ਸੀ ਲੋਕਾਂ ਨੇ, ਉਦੋਂ ਸੱਚ ਤੋਲਣਾ ਸੀ, ਉਦੋਂ ਕੁਫਰ ਜਾਂ ਝੂਠ ਨਹੀਂ ਚੋਲਣਾ ਸੀ, ਉਦੋਂ ਸੌਦੇ ਨਹੀਂ ਕਰਨੇ ਸੀ ਲੋਕਾਂ ਨਾਲ, ਅਤੇ ਗੁਰੂ ਦੇ ਨਾਲ ਸੌਦੇ ਕੀਤੇ ਤੁਸੀਂ, ਇਸ ਕਰਕੇ ਲੋਕ ਤੁਹਾਨੂੰ ਮਾਫ਼ ਨਹੀਂ ਕਰਨਗੇ। ਤਾਂ ਹੀ ਇਸੇ ਕਰਕੇ 3 ਨੰਬਰ 'ਤੇ ਲੋਕਾਂ ਨੇ ਸਿੱਟਿਆ। ਜੀ, ਇਹ ਤਾਂ ਇੱਕ ਜੁਡੀਸ਼ਲ ਕਮਿਸ਼ਨ ਕੀ ਰਿਪੋਰਟ ਹੈ, ਕੋਈ ਕਾਂਗਰਸ ਪਾਰਟੀ ਕੀ ਹੈ, ਪੰਜਾਬ ਸਰਕਾਰ ਕੀ ਰਿਪੋਰਟ ਤੋਂ ਹੈ ਨਹੀਂ। ਜੁਡੀਸ਼ਲ ਕਮਿਸ਼ਨ ਨੇ ਜੋ ਪਾਇਆ ਕਿ ਜੋ ਉਸ ਘਟਨਾ ਕੀ ਬਹੁਤ ਹੀ ਦੁਰਭਾਗਯਪੂਰਨ ਘਟਨਾ ਕੀ ਸੱਚਾਈ ਥੀ, ਉਹ ਲੋਕਾਂ ਕੇ ਸਮਕਸ਼ ਰੱਖੀ ਹੈ। ਦੇਖੀਏ, ਐਸਾ ਹੈ ਕਿ ਇਹ ਕੋਈ ਕਾਂਗਰਸ ਬਨਾਮ ਅਕਾਲੀ ਦਲ ਮੁੱਦਾ ਨਹੀਂ ਹੈ। ਜੋ ਵਹਾਂ ਪੇ ਹੁਆ ਥਾ ਉਹ ਅਤਿਅੰਤ ਹੀ ਦੁਰਭਾਗਯਪੂਰਨ ਥਾ, ਉਸਕੀ ਜੋ ਸੱਚਾਈ ਹੈ ਉਹ ਜੁਡੀਸ਼ਲ ਕਮਿਸ਼ਨ ਨੇ ਉਜਾਗਰ ਕਰ ਦੀ ਹੈ।